ਪਹਿਲੀ ਗੱਲ ਤਾਂ ਬਾਬਾ ਜੀ ਦੇ ਬਿਆਨ ਦੇ ਨਾਲ ਮੈਂ ਕੁਛ ਕੁਛ ਸਹਿਮਤ ਹਾਂ, ਕਿਉਂਕਿ ਮੈਂ ਬਾਬਾ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਬਾਬਾ ਜੀ ਅੱਜ ਪੰਜ ਪੰਜ ਬੱਚੇ ਜੰਮਣ ਦਾ ਬਿਆਨ ਦੇਣ ਦੀ ਸਾਨੂੰ ਲੋੜ ਕਿਉਂ ਪਈ? ਕਿਉਂਕਿ ਸਾਡਾ ਜਿਹੜਾ ਪੰਜਾਬ ਆ ਉਹ ਨਸ਼ੇ 'ਚ ਗੁਲਤਾਨ ਆ, ਔਰ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਆ ਜੋ ਕਿ ਸਰਕਾਰ 'ਚ ਅਸੀਂ ਦੇਖ ਰਹੇ ਹਾਂ ਕਿ ਦਿਨ ਦਿਹਾੜੇ ਜਿਹੜਾ ਕਿ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ, ਨੌਜਵਾਨਾਂ 'ਤੇ NSA ਲਾਈ ਜਾਂਦੀ ਹੈ, ਔਰ ਇਸ ਕਰਕੇ ਬਾਬਾ ਜੀ ਦੇ ਬਿਆਨ ਨਾਲ ਮੈਂ ਸਹਿਮਤ ਤਾਂ ਵਾਂ ਕਿ ਹਰੇਕ ਕੋਲ ਇੱਕ ਬੱਚਾ ਹੈ ਜਾਂ ਦੋ ਬੱਚੇ ਆ, ਔਰ ਅੱਜ ਦੇਖ ਰਹੇ ਹਾਂ ਕਿ ਅੱਜ ਬਿਰਧ ਆਸ਼ਰਮ ਜਿਹੜੇ ਨੇ ਉਹ ਬਹੁਤ ਜ਼ਿਆਦਾ ਖੁੱਲ੍ਹ ਰਹੇ ਨੇ। ਜੇ ਘੱਟੋ ਘੱਟ ਬੱਚੇ ਵੱਧ ਹੋਣਗੇ, ਜੇ ਚਾਰ ਪੰਜ ਬੱਚੇ ਹੋਣਗੇ ਤਾਂ ਘੱਟੋ ਘੱਟ ਇਹ ਤਾਂ ਹੈਗਾ ਕਿ ਉਹ ਆਪਦੇ ਮਾਂ ਪਿਓ ਨੂੰ ਦੀ ਸੇਵਾ ਤਾਂ ਕਰ ਸਕਣਗੇ। ਹੁਣ ਇੱਕ ਬੱਚਾ ਹੈ ਤਾਂ ਉਹ ਵੀ ਮਾਂ ਪਿਓ ਇਹ ਤਰਲੇ ਮਾਰਦਾ ਹੈ ਕਿ ਮੇਰਾ ਪੁੱਤ ਕਿਤੇ ਨਸ਼ੇ 'ਚ ਨਾ ਲੱਗ ਜਾਵੇ, ਉਹਨੂੰ ਪੁੱਤ ਆਪਦੇ ਨੂੰ ਬਚਾਉਣ ਲਈ ਉਹਨੂੰ ਬਾਹਰ ਭੇਜ ਦਿੰਦੇ ਨੇ, ਔਰ ਮਾਂ ਪਿਓ ਇੱਥੇ ਚਾਹੇ ਤੰਗੀ 'ਚ ਹੀ ਹੋਵੇ ਉਹ ਆਪਦੇ ਬੱਚੇ ਨੂੰ ਕਹਿੰਦਾ ਮੈਂ ਬਹੁਤ ਖੁਸ਼ ਹਾਂ, ਔਰ ਜੇ ਬੱਚੇ ਕੋਲ ਜ਼ਿਆਦਾ ਹੋਣਗੇ ਤਾਂ ਮੈਂ ਗੱਲ ਕਹਿੰਦਾ ਕਿ ਉਹ ਬੱਚਿਆਂ ਦਾ ਜਿਹੜਾ ਕਿ ਮਾਂ ਪਿਓ ਹਮੇਸ਼ਾ ਖੁਸ਼ ਵੀ ਰਹੇਗਾ, ਔਰ ਉਹ ਆਪਦੇ ਬੱਚਿਆਂ ਨੂੰ ਔਰ ਉਹਨਾਂ ਭਰਾਵਾਂ ਦੀ ਜਿਹੜੀ ਆ ਤਾਕਤ ਇੱਕ ਬਣੀ ਰਹੇਗੀ, ਕਿਉਂਕਿ ਜਿਹੋ ਜਿਹੇ ਹਾਲਾਤ ਨੇ ਜਿਹੜਾ ਪੁਲਿਸ ਦੇ ਜਿਹੜੀ ਆ ਉਹ ਵੀ ਹੱਥਾਂ ਦੇ ਹੱਥ ਰੱਖ ਕੇ ਬੈਠੀ ਹੋਈ ਹੈ, ਔਰ ਜੇ ਆਪਦੇ ਕੋਈ ਚਾਰ ਪੰਜ ਭਰਾ ਹੋਣਗੇ ਤਾਂ ਅਗਲਾ ਮਜ਼ਬੂਤੀ ਵੀ ਰੱਖੂਗਾ, ਦੂਜਾ ਬੰਦਾ ਵੀ ਇਸ ਗੱਲੋਂ ਡਰੂਗਾ ਕਿ ਯਾਰ ਪੰਜ ਭਰਾ ਨੇ ਕਿ ਆਪਾਂ ਇਹਨਾਂ ਨਾਲ ਨਾ ਕੋਈ ਟੱਕਰ ਲਈਏ। ਔਰ ਜਿਹੜੇ ਪੰਜ ਭਰਾਵਾਂ ਦੀ ਇੱਕ ਸੋਚ ਜਿਹੜੀ ਹੁੰਦੀ ਹੈ ਉਹ ਮੈਂ ਕਹਿੰਦਾ ਜਿਹੜੇ ਪਰਿਵਾਰ ਵੱਡੇ ਨੇ ਉਹਨਾਂ ਵੱਡਿਆਂ ਪਰਿਵਾਰਾਂ 'ਚ ਵੇਖੋ ਕਿ ਉਹਨਾਂ ਨੇ ਹਮੇਸ਼ਾ ਹੀ ਤਰੱਕੀ ਕੀਤੀ। ਇਸ ਕਰਕੇ ਮੈਂ ਬਾਬਾ ਜੀ ਦੇ ਬਿਆਨ ਦੇ ਨਾਲ ਸਹਿਮਤ ਹਾਂ, ਔਰ ਮੈਂ ਇਹ ਵੀ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਬਾਬਾ ਜੀ ਜਿੱਥੇ ਇਹ ਬਿਆਨ ਦੇ ਨੇ ਉੱਥੇ ਇਹ ਵੀ ਜ਼ਰੂਰ ਬਿਆਨ ਦਿਆ ਕਰੋ ਕਿ ਜਿਹੜੇ ਸਰਕਾਰਾਂ ਆਉਂਦੀਆਂ ਨੇ ਜਿਹੜੀਆਂ ਨਸ਼ਾ ਨਹੀਂ ਬੰਦ ਕਰਦੀਆਂ ਉਹਨਾਂ ਤੇ ਵੀ ਕੋਈ ਨਾ ਮਾੜਾ ਮੋਟਾ ਕੋਈ ਨਾ ਕੋਈ ਟਿੱਪਣੀ ਜ਼ਰੂਰ ਜਿਹੜੀ ਹੈ ਕਿ ਜਿਹੜੀ ਸੰਤ ਸਮਾਜ ਨੂੰ ਕਰਨੀ ਚਾਹੀਦੀ। ਜਿਹੜੇ ਸਾਡੇ ਪੁਰਾਣੇ ਜਿਹੜੇ ਆ ਅਸੀਂ ਪਿਛੋਕੜ ਵੇਖੀਏ ਤਾਂ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਪਹਿਲਾਂ ਪੁਰਾਣੇ ਜਿਹੜੇ ਜਿੰਨੇ ਬਜ਼ੁਰਗ ਸੀ ਕਿਸੇ ਦੇ ਚਾਰ ਬੱਚੇ ਆ ਕਿਸੇ ਦੇ ਪੰਜ ਬੱਚੇ ਆ, ਕਈਆਂ ਆਪਾਂ ਘਰਾਂ 'ਚ ਜਾਂਦੇ ਹਾਂ ਠੀਕ ਹੈ ਉਹ ਪਤਾ ਲੱਗਦਾ ਕਿ ਵੀ ਇਹ ਪੰਜ ਭਰਾ ਨੇ ਇਹ ਅੱਠ ਭਰਾ ਨੇ ਜਾਂ ਪੰਜ ਭੈਣਾਂ ਸੀ ਜਾਂ ਤਿੰਨ ਤਿੰਨ ਪੰਜ ਭੈਣਾਂ ਸੀ ਤਿੰਨ ਭਰਾ ਸੀ, ਕਿਉਂਕਿ ਉਦੋਂ ਜਿਹੜੇ ਲੋਕ ਸੀ ਉਦੋਂ ਜ਼ਿਆਦਾ ਖੁਸ਼ ਸੀ ਜ਼ਿਆਦਾ ਖੁਸ਼ਹਾਲ ਸੀ। ਅੱਜ ਠੀਕ ਆ ਅੱਜ ਮੀਡੀਆ ਆ ਗਿਆ, ਅੱਜ ਅਸੀਂ ਕਹਿੰਦੇ ਹਾਈਟੈਕ ਹੋ ਗਿਆ, ਪਰ ਹਾਈਟੈਕ ਦੇ ਹੋਣ ਦੇ ਨਾਲ ਨਾਲ ਅਸੀਂ ਬੱਚੇ ਜੇ ਇੱਕ ਜਾਂ ਦੋ ਹੈਗੇ ਆ ਤੇ ਉਹ ਵੀ ਬੱਚੇ ਤਕਰੀਬਨ ਜਿਹੜੇ ਆ ਕਿ ਸਾਡਾ ਯੂਥ ਜਿਹੜਾ ਟੋਟਲੀ ਜਿਹੜਾ ਕੋਈ ਦੇਸ਼ਾਂ ਦੇ ਵਿੱਚ ਬੈਠਾ ਹੈ, ਔਰ ਮਾਂ ਪਿਓ ਜਿਹੜੇ ਇੱਥੇ ਆ ਕਿ ਬਹੁਤ ਤੰਗੀ ਹੈ, ਕੋਈ ਉਹਨਾਂ ਨੂੰ ਦਵਾਈ ਦਵਾਉਣ ਵਾਲਾ ਨਹੀਂ, ਕੋਈ ਉਹਨਾਂ ਦੀ ਗੱਲ ਸੁਣਨ ਵਾਲਾ ਨਹੀਂ, ਔਰ ਮਾਂ ਪਿਓ ਜਦੋਂ ਬੱਚਿਆਂ ਦੇ ਬਾਹਰੋਂ ਫੋਨ ਆਉਂਦੇ ਆ ਵੀਡੀਓ ਕਾਲ ਆਉਂਦੀ ਹੈ ਤੇ ਉਹ ਦੁਖੀ ਹੁੰਦੇ ਹੋਏ ਵੀ ਆਪਦੇ ਬੱਚਿਆਂ ਨੂੰ ਕਹਿੰਦੇ ਅਸੀਂ ਬਹੁਤ ਖੁਸ਼ ਹਾਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।